ਗੁੱਡ ਈਵਨਿੰਗ एवरीवन ਮੇਰਾ ਨਾਮ ਜਤਿਨ ਬਾਂਸਲੇ ਅੱਜ ਆਪਾਂ ਰੀਜ਼ਨਿੰਗ ਦਾ ਚੈਪਟਰ ਐਨਲੋਜੀ ਕਰਾਂਗੇ ਜਿਹਦੇ ਵਿੱਚ ਪਾਰਟ 2 ਆਪਾਂ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਪਾਰਟ 1 ਆਪਾਂ ਡਿਸਕਸ ਕਰ ਚੁੱਕੇ ਆ ਜਿਹਦੇ ਵਿੱਚ 36 ਕੁਐਸਚਨ ਆਪਾਂ ਨੇ ਡਿਸਕਸ ਕੀਤੇ ਸੀਗੇ ਜੇਕਰ ਤੁਸੀਂ ਹਲੇ ਉਹਲੇ ਕੁਐਸਚਨ ਨਹੀਂ ਦੇਖੇ ਤਾਂ ਪਲੀਜ਼ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਪਾਰਟ 1 ਦੇਖੋ ਅੱਜ ਆਪਾਂ ਪਾਰਟ 2 ਸਟਾਰਟ ਕਰਦੇ ਆ ਤਾਂ 37th ਕੁਐਸਚਨ ਆਪਣਾ ਡਿਸਕਸ ਕਰਾਂਗੇ ਆਪਾਂ ਹੁਣ ਤਾਂ 37ਵਾਂ ਕੁਸ਼ਣ ਹੈਗਾ ਹੌਰਸ ਜੋਕੀ ਕੀ ਰਿਲੇਸ਼ਨ ਹੈ ਹੌਰਸ ਦਾ ਜੋਕੀ ਦੇ ਨਾਲ ਤਾਂ ਹੌਰਸ ਜਿਹੜਾ ਪਰਸਨ ਰਾਈਡ ਕਰਦਾ ਜਿਹਨੂੰ ਜਿਹੜਾ ਹੌਰਸ ਨੂੰ ਚਲਾਉਂਦਾ ਹੈ ਉਸ ਨੂੰ ਆਪਾਂ ਜੋਕੀ ਬੋਲਦੇ ਆਂ ਸੇਮ ਵੇ ਨਾਲ ਕਾਰ ਦੀ ਗੱਲ ਕਰੀਏ ਜਿਹੜਾ ਪਰਸਨ ਕਾਰ ਨੂੰ ਚਲਾਉਂਦਾ ਦੇਖੋ ਆਮ ਤੌਰ ਤੇ ਆਪਾਂ ਕਹਿੰਦਾ ਡਰਾਈਵਰ ਹੁੰਦਾ ਬਟ ਜਿਆਦਾ ਬੈਸਟ ਆਪਾਂ ਕਹੀਏ ਉਹਨੂੰ ਬੋਲਦੇ ਨੇ ਚੌਫਰ ਬੋਲਦੇ ਨੇ ਤਾਂ ਬੀ ਆਪਸ਼ਨ ਚੌਫਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਬੋਟ ਔਰ ਤਾਂ ਇਹਨਾਂ ਦਾ ਆਪਸ ਚ ਕੀ ਰਿਲੇਸ਼ਨ ਹੈ ਦੇਖੋ ਬੋਟ ਹੈ ਜਿਹੜਾ ਉਹਦਾ ਇੱਕ ਪਾਰਟ ਹੈ ਔਰ ਜਿਹਦੀ ਹੈਲਪ ਦੇ ਨਾਲ ਬੋਟ ਚੱਲਦੀ ਹੈ ਠੀਕ ਹੈ ਨਾ ਤਾਂ ਸੇਮ ਬੇਨਾ ਬਾਈਸਾਈਕਲ ਦੀ ਗੱਲ ਕਰੀਏ ਬਾਈਸਾਈਕਲ ਦਾ ਕੋਈ ਅਜਿਹਾ ਪਾਰਟ ਜਿਹਦੇ ਨਾਲ ਬਾਈਸਾਈਕਲ ਚੱਲੇਗਾ ਤਾਂ ਉਹ ਕੀ ਹੁੰਦਾ ਆਪਣਾ ਪੈडल ਤਾਂ ਇਹ ਆਪਸ਼ਨ ਪੈडल ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਬਿਲਕੁਲ ਓਕੇ ਤਾਂ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ 39th ਕੁਐਸਚਨ ਦੇਖੋ 에어로ਪਲੇਨ ਕਾਕਪਿਟ ਤੇ ਇਹਦਾ ਆਪਸ ਚ ਕੀ ਰਿਲੇਸ਼ਨ ਅਸਲ ਦੇ ਵਿੱਚ ਕਹਿੰਦੇ 에ਰੋਪਲੇਨ ਦਾ ਜਿਹੜਾ ਪਾਇਲਟ ਹੁੰਦਾ ਨਾ ਜਿਹੜਾ 에ਰੋਪਲੇਨ ਚਲਾ ਰਿਹਾ ਹੈ ਉਹਦੇ ਜਿਹੜੇ ਬੈਠਣ ਦੀ ਜਗ੍ਹਾ ਹੁੰਦੀ ਹੈ ਉਸ ਨੂੰ ਆਪਾਂ ਕਾਕਪਿਟ ਕਹਿੰਦੇ ਆ 에ਰੋਪਲੇਨ ਦੇ ਵਿੱਚ ਪਾਇਲਟ ਦੇ ਬੈਠਣ ਦੀ ਜਗ੍ਹਾ ਨੂੰ ਕੀ ਬੋਲਦੇ ਆਪਾਂ ਕਾਕਪਿਟ ਬੋਲਦੇ ਆ ਸੇਮ ਵੇ ਨਾਲ ਜਿਹੜਾ ਟ੍ਰੇਨ ਦਾ ਪਾਇਲਟ ਹੁੰਦਾ ਜਿਹੜਾ ਟ੍ਰੇਨ ਨੂੰ ਚਲਾਉਂਦਾ ਅਸਲ ਦੇ ਵਿੱਚ ਤਾਂ ਉਹ ਕਿੱਥੇ ਬੈਠਦਾ ਇੰਜਨ 'ਚ ਬੈਠਦਾ ਉਹ ਤਾਂ ਡੀ ਆਪਸ਼ਨ ਇੰਜਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਐਮਨੀਸ਼ੀਆ ਮੈਮਰੀ ਤਾਂ ਇਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਦੇਖੋ ਮੈਮਰੀ ਜਦੋਂ ਲਾਸ ਹੁੰਦੀ ਹੈ ਤਾਂ ਉਸ ਵਰਡ ਨੂੰ ਕੀ ਕਹ ਦਿੰਦੇ ਆ ਆਪਾਂ ਐਮਨੀਸ਼ੀਆ ਕਹ ਦਿੰਦੇ ਆ ਮਤਲਬ ਜੇ ਮੈਮਰੀ ਲਾਸ ਹੋ ਜਾਵੇ ਤਾਂ ਉਸ ਨੂੰ ਕੀ ਬੋਲੋਗੇ ਐਮਨੀਸ਼ੀਆ ਪੈਰਾਲਿਸਿਸ ਦੇ ਵਿੱਚ ਕੀ ਹੁੰਦਾ ਹੈ ਮੂਵਮੈਂਟ ਦੇ ਵਿੱਚ ਲਾਸ ਹੋ ਜਾਂਦਾ ਮੂਵਮੈਂਟ ਖਤਮ ਹੋ ਜਾਂਦੀ ਹੈ ਤਾਂ ਇਹ ਆਪਸ਼ਨ ਮੂਵਮੈਂਟ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਬਿਲਕੁਲ ਓਕੇ ਨੈਕਸਟ ਮੀਨਿੰਗ ਟਿਸ ਬ੍ਰੇਨ ਤਾਂ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਮੀਨਿੰਗ ਟਿਸ ਇੱਕ ਡਿਜ਼ੀਜ਼ ਦਾ ਨਾਮ ਹੈ ਜੋ ਕਿ ਬ੍ਰੇਨ ਦੇ ਵਿੱਚ ਹੁੰਦਾ ਬ੍ਰੇਨ ਨਾਲ ਡੀਲ ਕਰਦਾ ਤਾਂ ਮਤਲਬ ਮੀਨਿੰਗਟਿਸ ਜਿਹੜਾ ਡਿਜ਼ੀਜ਼ ਹੈ ਉਹ ਬ੍ਰੇਨ ਦੇ ਵਿਦ ਰਿਸਪੈਕਟ ਹੈ ਸੇਮ ਵੇ ਨਾਲ ਇੱਕ ਸਿਰੋਸਿਸ ਡਿਜ਼ੀਜ਼ ਹੁੰਦਾ ਇਹਦਾ ਰਿਲੇਸ਼ਨ ਹੁੰਦਾ ਹੈ ਲੀਵਰ ਦੇ ਨਾਲ ਤਾਂ ਲੀਵਰ ਦੇ ਨਾਲ ਰਿਲੇਸ਼ਨ ਹੁੰਦਾ ਤਾਂ ਸੀ ਆਪਸ਼ਨ ਲੀਵਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ 42 ਸੈਕਿੰਡ ਕੁਐਸਚਨ ਦੇਖੋ ਬੁੱਕ ਪਬਲਿਸ਼ਰ ਦੇਖੋ ਇਹਨਾਂ ਦਾ ਕੀ ਰਿਲੇਸ਼ਨ ਹੈ ਬੁੱਕ ਦੇਖੋ ਆਪਾਂ ਨੂੰ ਪਤਾ ਹੈ ਵੀ ਬੁੱਕ ਨੂੰ ਮੇਨ ਜਿਹੜਾ ਛਾਪਦਾ ਪਬਲਿਸ਼ਰ ਪਬਲਿਸ਼ ਕਰਦਾ ਹੁੰਦਾ ਹਨਾ ਸੇਵ ਇਹਨਾਂ ਫਿਲਮ ਨੂੰ ਅੱਗੇ ਕੌਣ ਲੈ ਕੇ ਆਂਦਾ ਪ੍ਰੋਡਿਊਸਰ ਲੈ ਕੇ ਆਂਦਾ ਤਾਂ ਏ অপਸ਼ਨ ਪ੍ਰੋਡਿਊਸਰ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਫੋਰਕਾਸਟ ਫਿਊਚਰ ਤਾਂ ਦੇਖੋ ਜਿਹੜਾ ਫੋਰਕਾਸਟ ਵਰਡ ਹੁੰਦਾ ਹੈ ਇਹਦਾ ਲਿੰਕ ਕਿਹਦੇ ਨਾਲ ਹੁੰਦਾ ਹੈ ਫਿਊਚਰ ਦੇ ਨਾਲ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਆਉਣ ਵਾਲਾ ਜਿਹੜਾ ਆਪਣਾ ਮੌਸਮ ਹੈ ਆਪਣਾ ਵੈਦਰ ਉਹਨੂੰ ਫੋਰਕਾਸਟ ਕਰਨਾ ਨਾ ਮਤਲਬ ਅੱਗੇ ਫਿਊਚਰ ਬਾਰੇ ਦੱਸਣਾ ਸੇਵਨ ਆ ਰਿਗਰਟ ਮਤਲਬ ਪ੍ਰਸਤਾਵਾ ਕਿਹੜੀ ਗੱਲ ਦਾ ਹੁੰਦਾ ਆਪਾਂ ਨੂੰ ਪਾਸਟ ਵਾਲੀ ਗੱਲ ਦਾ ਆਪਣੇ ਬੀਤੇ ਹੋਏ ਕੱਲ ਦਾ ਪ੍ਰਸਤਾਵਾ ਹੁੰਦਾ ਤਾਂ ਸੀ ਆਪਸ਼ਨ ਪਾਸਟ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਇਨਫਲੂਐਂజా ਵਾਇਰਸ ਯੂ نو ਵੈਰੀਅਬਲ ਇਨਫਲੂਐਂజా ਇੱਕ ਡਿਜ਼ੀਜ਼ ਹੈਗਾ ਤਾਂ ਦੇਖੋ ਡਿਜ਼ੀਜ਼ ਜਿਹੜੇ ਹੁੰਦੇ ਨੇ ਜਾਂ ਤਾਂ ਵਾਇਰਸ ਨਾਲ ਹੁੰਦੇ ਨੇ ਜਾਂ ਬੈਕਟੀਰੀਆ ਦੇ ਨਾਲ ਹੁੰਦੇ ਨੇ ਜਾਂ ਆਪਾਂ ਕਹਿ ਦਿੰਦੇ ਆ ਪੈਰਾਸਾਈਟ ਨਾਲ ਹੁੰਦੇ ਨੇ ਤਾਂ ਵਾਇਰਲ ਇਨਫਲੂਐਂజా ਜਿਹੜਾ ਡਿਜ਼ੀਜ਼ ਹੈ ਇੱਕ ਵਾਇਰਸ ਡਿਜ਼ੀਜ਼ ਹੈਗਾ ਸੇਵ ਇਹ ਨਾਲ ਜਿਹੜਾ ਟਾਈਫਾਇਡ ਡਿਜ਼ੀਜ਼ ਹੈਗਾ ਬੇਸਿਕਲੀ ਇਹ ਬੈਕਟੀਰੀਆ ਦੇ ਦੁਆਰਾ ਫੈਲਦਾ ਤਾਂ ਡੀ ਆਪਸ਼ਨ ਬੈਕਟੀਰੀਆ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਮੈਂ ਹਮੇਸ਼ਾ ਕਹਿੰਨਾ ਟੀ ਤੇ ਤਿੰਨ ਨਾਮ ਨੇ ਟੈਟਨਸ ਟੀਬੀ ਤੇ ਆਪਣਾ ਟਾਈਫਾਇਡ ਇਹ ਤਿੰਨੋਂ ਡਿਜ਼ੀਜ਼ ਟੀ ਤੇ ਨੇ ਤਾਂ ਇਹ ਬੈਕਟੀਰੀਆ ਦੇ ਨਾਲ ਹੀ ਫੈਲਦੇ ਨੇ ਟੀਬੀ ਵਰਡ ਜਿਹੜਾ ਅਪਣ ਟੈਲੀਵਿਜ਼ਨ ਜਿਵੇਂ ਆਪਾਂ ਕਹਿ ਦਈਏ ਇੱਕ ਤਰੀਕਾ ਇੱਕ ਤਰੀਕੇ ਨਾਲ ਤੁਸੀਂ ਉਹ ਵਾਲਾ ਵਰਡ ਯਾਦ ਕਰ ਸਕਦੇ ਹੋ ਨੈਕਸਟ ਹੀਮੋਗਲੋਬਿਨ ਆਇਰਨ ਦੇਖੋ ਹੀਮੋਗਲੋਬਿਨ ਜੇ ਤੁਹਾਨੂੰ ਪਤਾ ਹੋਵੇ ਆਪਣੇ ਬਲੱਡ ਦੇ ਵਿੱਚ ਹੀਮੋਗਲੋਬਿਨ ਹੈ ਤਾਂ ਹੀਮੋਗਲੋਬਿਨ ਦੇ ਵਿੱਚ ਇੱਕ ਮੈਟਲ ਪਾਈ ਜਾਂਦੀ ਹੈ ਉਹ ਮੈਟਲ ਕਿਹੜੀ ਹੁੰਦੀ ਹੈ ਆਇਰਨ ਮੇਨ ਕੰਪੋਨੈਂਟ ਆਪਾਂ ਕਹਦੇ ਮੇਨ ਕੰਪੋਨੈਂਟ ਕਿਹੜਾ ਆਇਰਨ ਸੇਮ ਫੇਨਾ ਜਿਹੜਾ ਕਲੋਰੋਫਿਲ ਹੁੰਦਾ ਆਪਣਾ ਪੇੜ ਪੌਦਿਆਂ ਦੇ ਵਿੱਚ ਪੱਤਿਆਂ ਦੇ ਵਿੱਚ ਕਲੋਰੋਫਿਲ ਪਾਈ ਜਾਂਦੀ ਆਪਾਂ ਕਹਿ ਦਿੰਨੇ ਆ ਤਾਂ ਉਸ ਦੇ ਵਿੱਚ ਜਿਹੜੀ ਮੇਨ ਐਲੀਮੈਂਟ ਪਾਇਆ ਜਾਂਦਾ ਉਹ ਪਾਇਆ ਜਾਂਦਾ ম্যাগਨੀਸ਼ੀਅਮ ਪਾਇਆ ਜਾਂਦਾ ਤਾਂ ਬੀ ਆਪਸ਼ਨ ম্যাগਨੀਸ਼ੀਅਮ ਦੇ ਤੁਸੀਂ ਟਿਕ ਲਗਾ ਦੋਗੇ ਬੇਟਾ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਫਰੈਂਡਸ ਵਿੱਚ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਬਹੁਤ ਹੀ ਅੱਛਾ ਡਾਟਾ ਹੈਗਾ ਤੁਹਾਨੂੰ ਤੇ ਤੁਹਾਡੇ ਫਰੈਂਡਸ ਵਾਸਤੇ ਬਹੁਤ ਹੈਲਪਫੁਲ ਰਹੇਗਾ ਬੇਟਾ ਹਰ ਪਰਸੰਦੀ ਹੈਲਪ ਕਰੋ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਦਾ ਕਰੋ ਦੇਖੋ ਸ਼ੇਅਰ ਕਰਨ ਨਾਲ ਬਹੁਤ ਬੱਚਿਆਂ ਦੀ ਹੈਲਪ ਹੋ ਜੇਗੀ ਠੀਕ ਹੈ ਤੇ ਵੀਡੀਓ ਨੂੰ ਬਹੁਤ ਆਰਾਮ ਨਾਲ ਦੇਖੋ ਨੋਟਸ ਬਣਾਓ ਵੀ ਤਾਂ ਜੋ ਤੁਸੀਂ ਇੱਕ ਵੈਲ ਰਿਵੀਜ਼ਨ ਕਰ ਸਕੋਗੇ ਬਹੁਤ ਬੈਸਟ ਚੈਪਟਰ ਹੈ ਐਨਲੋਜੀ ਇਹ ਨਾ ਸਕੋਰਿੰਗ ਚੈਪਟਰ ਹੈ ਮੋਸਟ ਆਫ ਬੱਚੇ ਇਸ ਨੂੰ ਲੈਫਟ ਕਰਕੇ ਜਾਂਦੇ ਨੇ ਮਤਲਬ ਇਹਦਾ ਇਹਦੇ ਕਿੰਨੇ ਨਾ ਧਿਆਨ ਨਹੀਂ ਦਿੰਦੇ ਹੈਗੇ ਲੱਗਦਾ ਇਹ ਆਸਾਨ ਹੈ ਇੰਨਾ ਵੀ ਆਸਾਨ ਨਹੀਂ ਹੈਗਾ ਪੇਪਰ 'ਚ ਮੋਸਟ ਆਫ ਬੱਚੇ ਇਹਨੂੰ ਗਲਤ ਕਰਕੇ ਆਉਂਦੇ ਨੇ ਦੈਟਸ ਵੈ ਕਹ ਰਿਹਾ ਇੱਕ ਇੱਕ ਵਾਰੀ ਵਰਡ ਨੂੰ ਧਿਆਨ ਨਾਲ ਸੁਣੋ ਦੀ ਰਿਵੀਜ਼ਨ ਕਰਦੇ ਰਹੋ ਬਹੁਤ ਮੋਸਟ ਇੰਪੋਰਟੈਂਟ ਚੈਪਟਰ ਹੈ ਵੈਸੇ ਤਾਂ ਦੇਖੋ ਮੈਂ ਤੁਹਾਨੂੰ ਦੱਸਦਾ ਜਿਹਦੇ ਟਾਈਮ ਦੇ ਹਰ ਇੱਕ ਐਗਜ਼ਾਮ ਜਿਹੜਾ ਹੁੰਦਾ ਦੇਖੋ ਉਹਦਾ ਇੱਕ ਇੱਕ ਕੁਐਸਚਨ ਬਹੁਤ ਇੰਪੋਰਟੈਂਟ ਹੁੰਦਾ ਤਾਂ ਜੇ ਤੁਸੀਂ ਸੋਚਦੇ ਵੀ ਅਸੀਂ ਕੁਐਸਚਨ ਗਲਤ ਕਰਿਆਵਾਂਗੇ ਦੇਖੋ ਇਹ ਤੁਹਾਡੀ ਛੋਟੀ ਸੋਚ ਹੈਗੀ ਹੈ ਤਾਂ ਬੇਟਾ ਆਪਾਨੂੰ ਤਿਆਰੀ ਇਸ ਲੈਵਲ ਤੇ ਕਰਨੀ ਪੋਗੀ ਵੀ ਆਪਣੇ ਮੈਕਸਿਮਮ ਤੋਂ ਮੈਕਸਿਮਮ ਕੁਐਸਚਨ ਠੀਕ ਹੋਣ ਤਾਂ ਜੋ ਆਪਾਂ ਸਟੱਡੀ ਆਪਣੇ ਇੰਨੀ ਵਧੀਆ ਤਰੀਕੇ ਨਾਲ ਕਰ ਲਓ ਵੀ ਤੁਸੀਂ ਆਪਣੇ ਬਸ ਬੈਸਟ ਤੋਂ ਬੈਸਟ ਤਰੀਕੇ ਨਾਲ ਤੁਸੀਂ ਸਟੱਡੀ ਕਰੋ ਆਪਣੇ ਪੇਪਰ ਵਿੱਚ 90 ਪਲੱਸ ਮਾਰਕਸ ਲੈ ਸਕੋ ਠੀਕ ਹੈ ਨਾ ਨੈਕਸਟ ਰੇਡੀਓ ਲਿਸਨਰ ਦੇਖੋ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਰੇਡੀਓ ਐਫ ਐਮ ਰੇਡੀਓ ਆਪਾਂ ਕਹਿੰਦੇ ਆ ਦੇਖੋ ਐਫ ਐਮ ਰੇਡੀਓ ਨੂੰ ਸੁਣਨ ਵਾਲਾ ਆਪਾਂ ਨੂੰ ਸੁਨਿਆ ਜਾ ਸਕਦਾ ਤਾਂ ਦੈਟਸ ਆ ਲਿਸਨਰ ਆਪਾਂ ਕਹਿੰਦੇ ਜਿਹੜਾ ਪਰਸਨ ਸੁਂਦਾ ਉਹਨੂੰ ਲਿਸਨਰ ਕਹਿ ਦਿੰਦੇ ਆ ਸੇਮ ਇਨ ਆ ਫਿਲਮ ਤਾਂ ਫਿਲਮ ਕਿਹ ਦੇਖੀ ਜਾ ਸਕਦੀ ਹੈ ਜੇ ਦੇਖ ਰਿਹਾ ਹੈ ਤਾਂ ਉਹਨੂੰ ਕੀ ਬੋਲਾਂਗੇ ਆਪਾਂ ਵਿਊਰ ਬੋਲਾਂਗੇ ਤਾਂ ਸੀ ਆਪਸ਼ਨ ਬਈ ਬਿਲਕੁਲ ਸੇਮ ਲਿੰਕ ਬਣਾਉਣਾ ਆਪਸ ਦੇ ਵਿੱਚ ਜਿਵੇਂ ਰੇਡੀਓ ਨੂੰ ਸੁਨਣ ਨੂੰ ਲਿਸਨਰ ਕਹਿੰਦੇ ਆ ਤਾਂ ਫਿਲਮ ਨੂੰ ਦੇਖਣ ਵਾਲੇ ਨੂੰ ਕੀ ਕਹਾਂਗੇ ਵਿਊਰ ਕਹਾਂਗੇ ਤਾਂ ਰਿਲੇਸ਼ਨ ਬਿਲਕੁਲ ਸੇਮ ਹੋਣਾ ਚਾਹੀਦਾ ਨੈਕਸਟ ਮਿਲਕ इमल्शन ਇਹ ਨਾਲ ਇੱਕ ਨਾ ਅ ਕੈਮਿਸਟਰੀ ਦਾ ਇੱਕ 파ਟ ਹੁੰਦਾ ਉਹਦੇ ਵਿੱਚ ਨਾ ਕੁਝ ਹੁੰਦੇ ਨੇ ਵੀ ਮਿਲਕ ਜਿਵੇਂ ਕੀ ਹੈ इमल्ਸ਼ਨ ਹੈ ਇੱਕ ਮਿਕਸਡ ਕੋਲਾਈਡਲ ਸੋਲੂਸ਼ਨ ਹੁੰਦਾ ਇਹ ਇੱਕ ਤਾਂ ਸੇਮ ਹੈ ਨਾ ਬਟਰ ਕਿਹੜਾ ਕੋਲਾਈਡਲ ਸੋਲੂਸ਼ਨ ਹੈ ਬਟਰ ਅਸਲ ਦੇ ਵਿੱਚ ਜੈਲ ਹੁੰਦਾ ਤਾਂ ਡੀ অপਸ਼ਨ ਜੈਲ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਬਟਰ ਇੱਕ ਜੈਲ ਹੈ ਤੇ ਮਿਲਕ ਕੀ ਹੈ ਇੱਕ इमल्ਸ਼ਨ ਹੈਗਾ ਠੀਕ ਹੈ ਨੈਕਸਟ ਸਪਾਈਡਰ ਇਨਸੈਕਟ ਦੇਖੋ ਆਪਾਂ ਨੂੰ ਪਤਾ ਸਪਾਈਡਰ ਜਿਹੜੀ ਮੱਕੜੀ ਹੁੰਦੀ ਹੈ ਉਹ ਇੱਕ ਇਨਸੈਕਟ ਕੈਟਾਗਰੀ ਦੇ ਕੀੜਾ ਮਕੋੜਾ ਹੈ ਉਹ ਇੱਕ ਜੇ ਮੈਂ ਕਹਾਂ ਮਕਰੋਕੋਡਾਈਲ ਕੀ ਹੁੰਦਾ ਹੈ ਕ੍ਰੋਕੋਡਾਈਲ ਬੇਟਾ ਇੱਕ ਰੈਪਟਾਈਲ ਕ੍ਰੋਕੋਡਾਈਲ ਮਗਰ ਮੱਛ ਮਗਰ ਤਾਂ ਕ੍ਰੋਕੋਡਾਈਲ ਕਿਹ ਹੈ ਇੱਕ ਰੈਪਟਾਈਲ ਹੈ ਠੀਕ ਹੈ ਨਾ ਰੰਗਨ ਵਾਲਾ ਪਸ਼ੂ ਹੈ ਕ੍ਰੋਕੋਡਾਈਲ ਤਾਂ ਇਹ অপਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ 49th ਕੁਐਸਚਨ ਥੰਡਰ ਰੇਨ ਇਹਦਾ ਆਪਸ ਵਿੱਚ ਕੀ ਰਿਲੇਸ਼ਨ ਹੈ ਦੇਖੋ ਰੇਨ ਤੋਂ ਪਹਿਲਾਂ ਥੰਡਰ ਬਿਜਲੀ ਚਮਕਦੀ ਹੈ ਥੰਡਰ ਮਤਲਬ ਬਿਜਲੀ ਚਮਕਣਾ ਪਹਿਲਾਂ ਬਿਜਲੀ ਚਮਕਦੀ ਹੈ ਫਿਰ ਰੇਨ ਹੁੰਦੀ ਹੈ ਹਨਾ ਤਾਂ ਸੇਮ ਇਹਨਾਂ ਨਾਈਟ ਤੋਂ ਪਹਿਲਾਂ ਕੀ ਹੋਏਗਾ ਤਾਂ ਨਾਈਟ ਤੋਂ ਪਹਿਲਾਂ ਈਵਨਿੰਗ ਹੁੰਦੀ ਹੈ ਨਾ ਸ਼ਾਮ ਹੁੰਦੀ ਹੈ ਪਰ ਨਾਈਟ ਤੋਂ ਪਹਿਲਾਂ ਈਵਨਿੰਗ ਹੁੰਦੀ ਹੈ ਰੇਨ ਤੋਂ ਪਹਿਲਾਂ ਬਿਜਲੀ ਚਮਕਦੀ ਹੈ ਠੀਕ ਹੈ ਨੈਕਸਟ ਤਾਂ 50th ਕੁਐਸਚਨ ਦੇਖਦੇ ਹਾਂ ਮਾਉਂਟੇਨ ਦਾ ਹੁੰਦਾ ਹਿੱਲ ਤਾਂ ਦੇਖੋ ਮਾਉਂਟੇਨ ਦੋ ਮਾਉਂਟੇਨ ਦੀ ਜਿਹੜੀ ਇੱਕ ਛੋਟਾ ਪਾਰਟ ਹੁੰਦਾ ਉਹਨੂੰ ਕੀ ਬੋਲਦੇ ਆਪਾਂ ਹਿੱਲ ਬੋਲਦੇ ਆ ਸੇਮ ਵੈਨਾ ਟਰੀ ਦਾ ਕੀ ਹੈ ਟਰੀ ਦੇ ਛੋਟੇ ਪਾਦ ਨੂੰ ਆਪਾਂ ਕੀ ਬੋਲਾਂਗੇ ਸ਼ਰਬ ਬੋਲਾਂਗੇ ਤਾਂ ਸ਼ਰਬ ਜੀ ਨੂੰ ਆਪਾਂ ਝਾੜੀਆਂ ਕਹਿੰਦੇ ਆ ਸ਼ਰਬ ਨੂੰ ਕਹਿ ਦਿੰਦੇ ਆ ਤਾਂ ਡੀ ਆਪਸ਼ਨ ਸ਼ਰਬ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਸਮਖਿਆ ਕਾਪਿਲਾ ਤਾਂ ਇੱਕ ਨਾ ਸਮਖਿਆ ਕੀ ਹੈ ਇੱਕ ਆਪਣਾ ਆ ਵੇਦ ਹੈ ਆਪਾਂ ਕਹਿੰਦੇ ਨਾ ਵੇਦ ਕਹਿੰਦੇ ਨਾ ਇੱਕ ਤਰ੍ਹਾਂ ਨਾਲ ਇਹ ਇੱਕ ਟੈਕਸਟ ਹੈਗਾ ਵੈਦਿਕ ਟਾਈਮ ਦਾ ਟੈਕਸਟ ਨੇ ਇਹ ਤਾਂ ਇਹਨੂੰ ਕਿਹਨੇ ਲਿਖਿਆ ਸੀ ਕਾਪਿਲਾ ਨੇ ਲਿਖਿਆ ਸੀਗਾ ਸੇਮ ਵੇਨਾ ਯੋਗਾ ਦੀ ਕਿਤਾਬ ਕਿਹੇ ਇੱਕ ਯੋਗਾ ਦੀ ਕਿਤਾਬ ਕਿਨੇ ਲਿਖੀ ਸੀ ਪਤੰਜਲੀ ਨੇ ਲਿਖੀ ਸੀ ਤਾਂ ਡੀ ਆਪਸ਼ਨ ਪਤੰਜਲੀ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਆਰਿਆ ਭਟ ਮੈਥਮੈਟਿਸ਼ੀਅਨ ਦੇਖੋ ਯੂ نو ਵੈਰੀਏਬਲ ਕਦੇ ਆ ਰਿਆ ਭਟ ਦਾ ਨਾਮ ਸੁਣਾਉਗਾ ਉਹਨੇ ਜ਼ੀਰੋ ਡਵੈਲਪ ਕੀਤੀ ਸੀਗੀ ਤਾਂ ਉਹ ਇੱਕ ਮੈਥਮੈਟਿਸ਼ੀਅਨ ਸੀਗਾ ਉਹਨੇ ਕਈ ਟ੍ਰਿਗਨੋਮੈਟ੍ਰਿਕ ਦੇ ਫਾਰਮੂਲੇ ਵੀ ਡਵੈਲਪ ਕੀਤੇ ਸੀਗੇ ਤਾਂ ਸੇਮ ਹੈ ਨਾ ਇੱਕ ਹਿਸਟਰੀ ਦੇ ਵਿੱਚ ਆਉਂਦਾ ਵਾਰਾ ਮਹੀਰ ਆਉਂਦਾ ਇੱਕ ਪਰਸਨ ਤਾਂ ਵਾਰਾ ਮਹੀਰ ਜਿਹੜਾ ਪਰਸਨ ਹੈ ਇੱਕ ਇਹ ਕੀ ਸੀ ਇੱਕ ਫਿਜੀਸ਼ੀਅਨ ਸੀਗਾ ਤਾਂ ਇਹ ਆਪਸ਼ਨ ਫਿਜੀਸ਼ੀਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ 53ਵਾਂ ਕੁਐਸਚਨ ਦੇਖਦੇ ਹਾਂ ਡਾਕਟਰ ਪੇਸ਼ੈਂਟ ਤਾਂ ਦੇਖੋ ਡਾਕਟਰ ਜਿਹੜਾ ਹੁੰਦਾ ਹੈ ਉਹਦਾ ਮੇਨ ਕੰਮ ਕੀ ਹੈ ਪੇਸ਼ੈਂਟ ਨੂੰ ਦੇਖਣਾ ਸੇਮ ਵੈਨਾ ਜਿਹੜਾ ਪੋਲੀਟੀਸ਼ੀਅਨ ਹੁੰਦਾ ਹੈ ਮਤਲਬ ਜਿਹੜਾ ਪੋਲੀਟੀਕਲ ਬੰਦਾ ਹੁੰਦਾ ਉਹ ਕਿਹਨੂੰ ਦੇਖਦਾ ਜਨਤਾ ਨੂੰ ਦੇਖਦਾ ਤਾਂ ਜਨਤਾ ਨੂੰ ਅੰਗਰੇਜ਼ੀ ਕਿਹਾਗੇ ਮਾਸਿਸ ਕਹਾਂਗੇ ਤਾਂ ਇਹ ਆਪਸ਼ਨ ਮਾਸਿਸ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਲੈਦਰ ਕੋਬਲਰ ਤਜੇਰਾ ਲੈਦਰ ਹੁੰਦਾ ਲੈਦਰ ਦਾ ਜਿਹੜਾ ਬੰਦਾ ਕੰਮ ਕਰਦਾ ਚਮੜੇ ਦਾ ਜਿਹੜਾ ਬੰਦਾ ਕੰਮ ਕਰਦਾ ਤਉਨੂੰ ਕੋਬਲਰ ਬੋਲਦੇ ਹੁੰਨੇ ਆ ਆਪਾਂ ਤਾਂ वुਡ ਦਾ ਜਿਹੜਾ ਬੰਦਾ ਕੰਮ ਕਰੂਗਾ ਤਾਂ ਉਸ ਪਰਸਨ ਨੂੰ ਕੀ ਬੋਲਾਂਗੇ ਆਪਾਂ ਕਾਰਪੈਂਟਰ ਬੋਲਦੇ ਆ ਜਿਹੜਾ वुਡ ਦਾ ਲੱਕੜ ਦਾ ਕੰਮ ਕਰਦਾ ਹੈ ਤਾਂ ਉਸ ਨੂੰ ਆਪਾਂ ਕੀ ਬੋਲਦੇ ਆ ਕਾਰਪੈਂਟਰ ਬੋਲਦੇ ਆ ਤਾਂ ਸੀ অপਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਕਨੋਏ ਬੋਟ ਤਾਂ ਕਨੋਏ ਇੱਕ ਨਾ ਬੋਟ ਦੀ ਟਾਈਪ ਹੈ ਠੀਕ ਹੈ ਨਾ ਕਨੋਏ ਕੀ ਹੈ ਇੱਕ ਬੋਟ ਹੈ ਇੱਕ ਤਰ੍ਹਾਂ ਦੀ ਤਾਂ ਸੇਮ ਨਾ ਮੈਂਸ਼ਨ ਕੀ ਹੈ ਇਹ ਕਿਹਦੀ ਟਾਈਪ ਹੁੰਦੀ ਹੈ ਹਾਊਸ ਦੀ ਟਾਈਪ ਹੁੰਦੀ ਹੈ ਤਾਂ ਸੀ অপਸ਼ਨ ਹਾਊਸ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਤਾਂ ਮੈਂਸ਼ਨ ਇੱਕ ਹਾਊਸ ਹੀ ਹੁੰਦਾ ਹੈ ਠੀਕ ਹੈ ਨੈਕਸਟ ਇੰਡੀਆ ਪ੍ਰੈਜ਼ੀਡੈਂਟ ਤਾਂ ਦੇਖੋ ਇੰਡੀਆ ਇੱਕ ਕੰਟਰੀ ਹੈ ਉਹਦਾ ਜਿਹੜਾ ਹੈੱਡ ਹੈਗਾ ਉਹਨੂੰ ਕੀ ਬੋਲਦੇ ਆਪਾਂ ਪ੍ਰੈਜ਼ੀਡੈਂਟ ਬੋਲਦੇ ਆਂ ਸੇਮ ਵੈਨਾ ਜੇ ਮੈਂ ਗੱਲ ਕਰਾਂ ਸਟੇਟ ਦੇ ਹੈੱਡ ਨੂੰ ਕੀ ਕਹੋਂਗੇ ਤੁਸੀਂ ਗਵਰਨਰ ਕਹਾਂਗੇ ਤਾਂ ਸੈਂਟਰ ਦੇ ਵਿੱਚ ਕੀ ਹੁੰਦਾ ਆਪਣਾ ਇੰਡੀਆ ਦੇ ਵਿੱਚ ਪ੍ਰੈਜ਼ੀਡੈਂਟ ਤੇ ਸਟੇਟ ਲੈਵਲ ਤੇ ਕੀ ਹੁੰਦਾ ਗਵਰਨਰ ਹੋ ਜਾਂਦਾ ਤਾਂ ਬੀ ਆਪਸ਼ਨ ਦੇ ਤੁਸੀਂ ਟਿੱਕ ਲਾਤਾ 나ਇਫ ਕੱਟ ਤਾਂ 나ਇਫ ਦਾ ਕੱਟ ਦੇ ਨਾਲ ਕੀ ਰਿਲੇਸ਼ਨ ਹੈ ਵੀ 나ਇਫ ਜਿਹੜਾ ਐਕਸ਼ਨ ਪਰਫਾਰਮ ਕਰਦਾ ਉਹਨੂੰ ਕੱਟ ਕਹਿੰਦੇ ਨੇ ਕਿਉਂਕਿ ਜਦੋਂ ਆਪਾਂ ਕਟਿੰਗ ਕਰਦਾ ਸਬਜ਼ੀਆਂ ਕਟਿੰਗ ਕਰਦੇ ਆ ਐਕਸ ਐਕਸ ਕੀ ਕਰੇਗਾ ਉਹਦਾ ਜਿਹੜਾ ਐਕਸ਼ਨ ਹੁੰਦਾ ਐਕਸ ਦਾ ਉਹਨੂੰ ਕੀ ਬੋਲਦੇ ਨੇ ਚੌਪ ਕਰਨਾ ਤਾਂ b ਆਪਸ਼ਨ ਚੌਪ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਜਿਹੜਾ x ਦਾ ਐਕਸ਼ਨ ਹੁੰਦਾ ਉਹਨੂੰ ਚੌਪ ਬੋਲਦੇ ਆ नेक्स्ट ਕੈਟਲ ਫੋਡਰ ਤਾਂ ਕੈਟਲ ਫੋਡਰ ਮਤਲਬ ਕੈਟਲ ਜਿਹੜੇ ਪਸ਼ੂ ਨੇ ਆਹੀ ਆਪਣੇ گاਉਆਂ ਹੁੰਦੀਆਂ ਨੇ ਉਹ ਕੀ ਖਾਂਦੇ ਨੇ ਫੋਡਰ ਕ੍ਰੌਪਸ ਫੋਡਰ ਕ੍ਰੌਪਸ ਹੁੰਦੇ ਨੇ ਜਿਵੇਂ ਆਪਾਂ ਆਹੀ ਫੋਡਰ ਕ੍ਰੌਪਸ ਆਪਾਂ ਕਹਿੰਦੇ ਨੇ ਜਵਾਰ ਬਾਜਰਾ ਇਹਨੂੰ ਫੋਡਰ ਕ੍ਰੌਪਸ ਕਹਿ ਦਿੰਨੇ ਆਪਾਂ ਤਾਂ ਇਹ ਕੈਟਲਸ ਖਾਂਦੇ ਨੇ ਹਨਾ ਤਾਂ ਫਿਸ਼ ਕੀ ਖਾਏਗੀ ਤਾਂ ਫਿਸ਼ ਖਾਂਦੇ ਆ ਪਲੈਂਕਟਨ ਨੂੰ ਤਾਂ ਫਿਸ਼ ਦਾ ਜਿਹੜਾ ਫੂਡ ਮਟੀਰੀਅਲ ਹੈ ਉਹ ਪਲੈਂਕਟਨ ਹੈਗਾ ਤਾਂ ਡੀ অপਸ਼ਨ ਪਲੈਂਕਟਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ 에ਅਰ ਐਟਮੋਸਫੀਅਰ ਤਾਂ ਦੇਖੋ ਐਟਮੋਸਫੀਅਰ ਨੂੰ ਵਾਯੂਮੰਡਲ ਕਹਿੰਦੇ ਨੇ ਤਾਂ ਵਾਯੂਮੰਡਲ ਦੇ ਵਿੱਚ ਹਵਾ ਹੀ ਹੋਏਗੀ ਨਾ ਵਾਯੂ ਮੰਡਲ ਚ 에ਅਰ ਹੋएगी ਤਾਂ ਵਾਟਰ ਦੇ ਜਿਹੜਾ ਮੰਡਲ ਹੁੰਦਾ ਵਾਟਰ ਦਾ ਮਤਲਬ ਇੱਕ ਕਹਿ ਦੇਣੇ ਆਪਾਂ ਇੱਕ ਹਾਈਡਰੋਸਫੀਅਰ ਬੋਲਦੇ ਆ ਹਾਈਡਰੋਸਫੀਅਰ ਵਾਟਰ ਦਾ ਹੁੰਦਾ ਹਾਈਡਰੋ ਵਰਡ ਜਿੱਥੇ ਵੀ ਹੈਗਾ ਉਹ ਵਾਟਰ ਨਾਲ ਡੀਲ ਕਰਦਾ ਹੁੰਦਾ ਠੀਕ ਹੈ ਨਾ ਨੈਕਸਟ ਸਕਾਊਟ ਆਰਮੀ ਇੱਕ ਸਕਾਊਟ ਇੱਕ ਦੇਖੋ ਇੱਕ ਪੋਸਟ ਹੈ ਜਿਹੜੀ ਆਰਮੀ ਵਿੱਚ ਹੁੰਦੀ ਹੈ ਠੀਕ ਹੈ ਨਾ ਸੇਵ ਨਾ ਕਲਰਕ ਕਲਰਕ ਨਾ ਦੀ ਪੋਸਟ ਕਿੱ데 ਚ ਹੁੰਦੀ ਆ ਆਫਿਸ ਦੇ ਵਿੱਚ ਹੁੰਦੀ ਆ ਤਾਂ ਏ ਆਪਸ਼ਨ ਆਫਿਸ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਵਿంటర్ ਹਾਈਬਰਨੇਸ਼ਨ ਤਾਂ ਇਹ ਵਿంటర్ ਹਾਈਬਰਨੇਸ਼ਨ ਕੀ ਹੈ ਐਨੀਮਲਸ ਜਿਹੜੇ ਸਰਦੀਆਂ ਦੇ ਵਿੱਚ ਸਲੀਪ ਹੁੰਦੀ ਹੈ ਐਨੀਮਲਸ ਦੀ ਉਹਨੂੰ ਬੋਲਦੇ ਨੇ ਹਾਈਬਰਨੇਸ਼ਨ ਸੇਮ ਇਨ ਅ ਸਮਰ ਦੇ ਵਿੱਚ ਐਨੀਮਲਸ ਦੀ ਜਿਹੜੀ ਸਲੀਪ ਹੁੰਦੀ ਹੈ ਗਰਮੀਆਂ ਦੇ ਵਿੱਚ ਜਿਹੜੀ ਐਨੀਮਲਸ ਦੀ ਸਲੀਪ ਹੁੰਦੀ ਹੈ ਉਸ ਵਰਡ ਨੂੰ ਬੋਲਦੇ ਐਸਟੀਵੇਸ਼ਨ ਤਾਂ ਸੀ অপਸ਼ਨ ਐਸਟੀਵੇਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਤਾਂ ਆਪਣੇ 62 ਕੁਐਸਚਨ ਡਿਸਕਸ ਹੋ ਚੁੱਕੇ ਨੇ ਨੈਕਸਟ ਸਪੋਰਟਸ ਲੋਗੋ ਤਾਂ ਜਿਹੜਾ ਸਪੋਰਟਸ ਆਪਾਂ ਕਹਿੰਦੇ ਨਾ ਖੇਡਾਂ ਦਾ ਇੱਕ ਲੋਗੋ ਹੁੰਦਾ ਹਰ ਗੇਮ ਦਾ ਜਿਵੇਂ ਆਪਾਂ 올림픽 ਗੇਮ ਕਹਦੇ ਏਸ਼ੀਅਨ ਗੇਮਸ ਕਹਦੇ ਏ ਉਹਨਾਂ ਦਾ ਇੱਕ ਲੋਗੋ ਹੁੰਦਾ ਠੀਕ ਹੈ ਸੇਵ ਇਹਨਾਂ ਨੇਸ਼ਨ ਦਾ ਕੀ ਹੁੰਦਾ ਤਾਂ ਨੇਸ਼ਨ ਦਾ ਇੱਕ ਐਮਬਲਮ ਹੁੰਦਾ ਚਿੰਨ ਤਾਂ ਡੀ ਆਪਸ਼ਨ ਐਮਬਲਮ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ E M B L E M ਠੀਕ ਹੈ ਐਮਬਲਮ ਹੁੰਦਾ E M B L E M ਠੀਕ ਹੈ ਨਾ ਐਮਬਲਮ ਤਾਂ ਐਮਬਲਮ ਚਿੰਨ ਜਿਹੜਾ ਆਪਣਾ ਆਪਣੇ ਜਿਹੜੇ ਕੋਇਨਸ ਦੇ ਉੱਤੇ ਚਾਰ ਮੁਖਾ ਸ਼ੇਰ ਜਿਹੜਾ ਲੱਗਿਆ ਹੋਇਆ ਉਹਨੂੰ ਐਮਬਲਮ ਆਪਣੇ ਰਿਪ੍ਰੈਜ਼ੈਂਟ ਇੰਡੀਆ ਦਾ ਹਨਾ ਤਾਂ ਨੈਕਸਟ ਹੈਗਾ ਸਟੀਲ ਅਲੋਇ ਤਾ ਯੂ نو ਵੈਰੀਅਬਲ ਸਟੀਲ ਹੈ ਜਿਹੜਾ ਉਹ ਇੱਕ ਅਲੋਇ ਹੈ ਅਲੋਇ ਮਤਲਬ ਜਿਹੜਾ ਦੋ ਤਿੰਨ ਮੈਟਲਸ ਤੋਂ ਮਿਲ ਕੇ ਬਣਿਆ ਹੁੰਦਾ ਹੈ ਹਨਾ ਤਾਂ ਜ਼ਿੰਕ ਹੈ ਜਿਹੜਾ ਅਸਲ ਦੇ ਵਿੱਚ ਜ਼ਿੰਕ ਇਕੱਲੀ ਇੱਕ ਮੈਟਲ ਹੈ ਇੱਕ ਧਾਤ ਹੈਗੀ ਹੈ ਤਾਂ ਏ অপਸ਼ਨ ਮੈਟਲ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ એનર્ਜੀ ਜਾਊਲ ਤਾ એનર્ਜੀ ਤੁਹਾਨੂੰ ਪਤਾ ਹੈ ਇੱਕ ਕੁਆਂਟੀਟੀ ਹੈ ਉਹਦੀ ਜਿਹੜੀ ਯੂਨਿਟ ਹੈਗਾ ਉਹਨੂੰ ਕੀ ਬੋਲਦੇ ਆਪਾਂ ਜੌਲ ਬੋਲਦੇ ਆਂ ਤਾਂ એનર્ਜੀ ਦੀ ਯੂਨਿਟ ਨੂੰ ਆਪਾਂ ਕੀ ਬੋਲਦੇ ਆ ਜੌਲ ਬੋਲਦੇ ਆ ਸੇਮ ਨਾਲ ਵੋਲਿਊਮ ਦੀ ਕੀ ਯੂਨਿਟ ਹੁੰਦੀ ਹੈ ਤਾਂ ਵੋਲਿਊਮ ਦੇ ਜਾਂ ਤਾਂ ਮੀਟਰ ਕਯੂਬ ਹੁੰਦਾ ਹੈ ਜਾਂ ਸੈਂਟੀਮੀਟਰ ਕਯੂਬ ਹੁੰਦਾ ਹੈ ਜਾਂ ਆਪਾਂ ਕਹਿੰਦੇ ਨਾ ਲੀਟਰ ਦੇ ਵਿੱਚ ਵੀ ਹੋ ਜਾਂਦਾ ਤਾਂ ਲੀਟਰ ਆਪਾਂ ਕਹਿੰਦੇ ਮਿਲਕ ਆਪਾਂ 5 ਲੀਟਰ ਲੈ ਕੇ ਆਂ ਤਾਂ ਉਹ ਵੋਲਿਊਮ ਹੈ ਤਾਂ ਲੀਟਰ ਅਸਲ ਦੇ ਵਿੱਚ ਤਾਂ ਡੀ ਆਪਸ਼ਨ ਲੀਟਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਇਲੈਕਟ੍ਰਿਸਿਟੀ ਵਾਇਰ ਤੇਰਾ ਕੀ ਰਿਲੇਸ਼ਨ ਹੈ ਦੇਖੋ ਵਾਇਰ ਦੇ ਵਿੱਚੋਂ ਇਲੈਕਟ੍ਰਿਸਿਟੀ ਕੀ ਹੁੰਦੀ ਹੈ ਪਾਸ ਹੁੰਦੀ ਹੈ ਹਨਾ ਮਤਲਬ ਜੇ ਇਲੈਕਟ੍ਰਿਸਿਟੀ ਨੇ ਪਾਸ ਕਰਨਾ ਤਾਂ ਉਹ ਕਿਹਦੇ ਥਰੂ ਪਾਸ ਕਰੂਗੀ ਵਾਇਰ ਦੇ ਥਰੂ ਪਾਸ ਕਰੂਗੀ ਸੇਮ ਵੈਨਾ ਵਾਟਰ ਨੇ ਜੇ ਪਾਸ ਕਰਨਾ ਤਾਂ ਵਾਟਰ ਨੇ ਇੱਕ ਪਲੇਸ ਤੋਂ ਦੂਜੇ ਪਲੇਸ ਤੇ ਪਹੁੰਚਣਾ ਕਿਹਦੇ ਥਰੂ ਪਹੁੰਚੂਗਾ ਉਹ ਤਾਂ ਉਹ ਪਾਈਪ ਥਰੂ ਪਹੁੰਚੂਗਾ ਨਾ ਤਾਂ ਇਹ ਆਪਸ਼ਨ ਪਾਈਪ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਡਰਾਮਾ ਸਟੇਜ ਤਾਂ ਜੇਰਾ ਡਰਾਮਾ ਆਪਾਂ ਪਰਫਾਰਮ ਕਰਦੇ ਹਾਂ ਕਿੱਥੇ ਪਰਫਾਰਮ ਕਰਦੇ ਹਾਂ ਸਟੇਜ ਦੇ ਉੱਤੇ ਪਰਫਾਰਮ ਕਰਦੇ ਆ ਡਰਾਮਾ ਹਨਾ ਤਸੇ ਵੇ ਨਾ ਜਿਹੜਾ ਟੈਨਿਸ ਹੈ ਟੈਨਿਸ ਇੱਕ ਗੇਮ ਹੈ ਉਹ ਕਿੱਥੇ ਪਲੇ ਕੀਤੀ ਜਾਂਦਾ ਹੈ ਟੈਨਿਸਿਕ ਗੇਮ ਹੈ ਜਿਹੜੀ ਕੋਰਟ ਦੇ ਵਿੱਚ ਪਲੇ ਕੀਤੀ ਜਾਂਦਾ ਜਿਹੜਾ ਉਹਨਾਂ ਦਾ ਅ ਪਲੇ ਗਰਾਉਂਡ ਹੁੰਦਾ ਹੈ ਟੈਨਿਸ ਦਾ ਉਹ ਪਲੇ ਗਰਾਉਂਡ ਆਪਾਂ ਕੀ ਬੋਲਦੇ ਹੁੰਨੇ ਆ ਕੋਰਟ ਬੋਲਦੇ ਆ ਠੀਕ ਹੈ ਤਾਂ ਸੀ ਆਪਸ਼ਨ ਕੋਰਟ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਤਾਂ 68 ਕੁਐਸਚਨ ਦੇਖਦੇ ਆਪਾਂ ਟਰੀ ਫੋਰੈਸਟ ਤਾਂ ਦੇਖੋ ਫੋਰੈਸਟ ਦੇ ਵਿੱਚ ਮੇਨ ਕੀ ਮਿਲਦੇ ਨੇ ਆਪਾਂ ਨੂੰ ਟਰੀ ਮਿਲਣਗੇ ਜਾ ਟਰੀ ਆਪਾਂ ਨੂੰ ਕਿੱਥੇ ਮਿਲਣਗੇ ਫੋਰੈਸਟ ਵਿੱਚ ਮਿਲਦੇ ਨੇ ਸੇਮ ਵੇ ਨਾਲ ਗਰਾਸ ਆਪਾਂ ਨੂੰ ਕਿੱਥੇ ਮਿਲੂਗੀ ਲੌਂਚ ਵਿੱਚ ਮਿਲੂਗੀ ਤਾਂ ਇਹ ਆਪਸ਼ਨ ਲੌਂਚ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਹੌਟ ਓਵਨ ਤਾਂ ਯੂ نو ਵੈਰੀ ਵੈਲ ਜਿਹੜਾ ਓਵਨ ਇੱਕ ਡਿਵਾਈਸ ਹੈ ਉਹ ਥਿੰਗਸ ਨੂੰ ਹੌਟ ਕਰ ਦਿਆ ਗਰਮ ਕਰਦੀ ਹੈ ਹਨਾ ਤਾਂ ਓਵਨ ਇੱਕ ਡਿਵਾਈਸ ਦਾ ਨਾਮ ਹੈ ਜਿਹੜੀ ਥਿੰਗਸ ਨੂੰ ਹੌਟ ਕਰ ਦਿਆ ਸੇਮ ਵੇ ਨਾਲ ਕੋਲਡ ਨੂੰ ਕਰ ਠੰਡਾ ਕਰਨ ਵਾਲੀ ਇਹਨਾਂ ਵਿੱਚੋਂ ਕਿਹੜੀ ਮਤਲਬ ਡਿਵਾਈਸ ਹੈ ਮੈਂ ਰੈਫਰਿਜਰੇਟਰ ਜਿਹਨੂੰ ਆਪਾਂ ਫ੍ਰਿਜ ਕਹਿੰਦੇ ਆ ਤਾਂ ਰੈਫਰਿਜਰੇਟਰ ਜਿਹੜਾ ਅਸਲ ਦੇ ਵਿੱਚ ਉਹ ਥਿੰਗਸ ਨੂੰ ਕੋਲਡ ਕਰਦਾ ਤਾਂ ਡੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਠੀਕ ਹੈ ਨੈਕਸਟ ਕਾਨਫਰੰਸ ਚੇਅਰਮੈਨ ਤਾਂ ਇਹਦਾ ਕੀ ਰਿਲੇਸ਼ਨ ਹੈ ਦੇਖੋ ਜਿਹੜੀ ਕਾਨਫਰੰਸ ਹੁੰਦੀ ਹੈ ਉਹਦਾ ਜਿਹੜਾ ਮੇਨ ਮੁਖੀ ਹੁੰਦਾ ਉਹ ਚੇਅਰਮੈਨ ਹੁੰਦਾ ਮਤਲਬ ਸਭ ਤੋਂ ਜਿਹੜੀ ਮੇਨ ਪੋਸਟ ਹੁੰਦੀ ਹੈ ਕਾਨਫਰੰਸ 'ਚ ਉਹ ਚੇਅਰਮੈਨ ਦੀ ਹੁੰਦੀ ਹੈ ਸੇਵ ਇਨ ਨਿਊਜ਼ਪੇਪਰ ਹੈ ਜਿਹੜੀ ਏਜੰਸੀ ਹੁੰਦੀ ਹੈ ਉਹਦੇ 'ਚ ਸਭ ਤੋਂ ਵੱਡੀ ਪੋਸਟ ਜਿਹੜੀ ਹੁੰਦੀ ਹੈ ਉਹ ਐਡੀਟਰ ਦੀ ਹੁੰਦੀ ਹੈ ਤਾਂ ਡੀ ਆਪਸ਼ਨ ਐਡੀਟਰ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਓਕੇ ਨੈਕਸਟ ਤਾਂ ਆਪਣੇ 70 ਕੁਐਸਚਨ ਡਿਸਕਸ ਹੋ ਚੁੱਕੇ ਨੇ ਨੈਕਸਟ ਬੈਂਕ ਰੀਵਰ ਦੇਖੋ ਜਿਹੜੀ ਵੀ ਰੀਵਰ ਹੁੰਦੀ ਹੈ ਕੋਈ ਵੀ ਨਦੀ ਹੁੰਦੀ ਹੈ ਉਹਦੇ ਕਿਨਾਰਿਆਂ ਨੂੰ ਆਪਾਂ ਕੀ ਬੋਲਦੇ ਆ ਬੈਂਕ ਬੋਲਦੇ ਆ ਹਨਾ river ਦੇ ਕਿਨਾਰਿਆਂ ਨੂੰ ਆਪਾਂ ਕੀ ਬੋਲਦੇ ਆ ਬੈਂਕ ਬੋਲਦੇ ਆ ਸੇਮ ਹੈ ਨਾ ਕੋਸਟ ਆਪਾਂ ਕਹਿੰਦੇ ਨੇ ਕੋਸਟਲ ਏਰੀਆ ਜਿਹੜਾ ਹੁੰਦਾ ਬਨੇ ਜਿਹੜੇ ਨੀਚੇ ਵਾਲੇ ਸਟੇਟਸ ਨੇ ਆਪਣਾ ਜਿਵੇਂ ਕਹਿੰਦੇ ਮਹਾਰਾਸ਼ਟਰ ਹੋ ਗਿਆ ਕੇਰਲ ਹੋ ਗਿਆ ਕੋਸਟਲ ਸਟੇਟਸ ਹੁੰਦੀਆਂ ਨੇ ਆਪਣੇ ਜਿੱਥੇ ਸਾਈਕਲੋਨ ਤੁਹਾਨੂੰ ਪਤਾ ਹੋਣਾ ਅਮਫਾਨ ਸਾਈਕਲੋਨ ਆਇਆ ਸੀਗਾ ਹਨਾ ਪਿੱਛੇ ਜੇ ਮਹਾਰਾਸ਼ਟਰ 'ਚ ਆਇਆ ਸੀਗਾ ਸਾਈਕਲੋਨ ਤਾਂ ਇਹ ਕੋਸਟਲ ਏਰੀਆ ਹੁੰਦੇ ਨੇ ਤਾਂ ਇਹ ਇਹ ਕੀ ਹੁੰਦੇ ਨੇ ਸੀ ਦੇ ਆਲੇ ਦੁਆਲੇ ਹੁੰਦੇ ਨੇ ਤਾ ਕੋਸਟ ਆਪਾਂ ਕਹਿੰਦੇ ਆ ਸੀ ਮਤਲਬ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਸਾਈਡ ਹੁੰਦੀ ਹੈ ਨੈਕਸਟ ਫਲਾਵਰ ਬਟਰਫਲਾਈ ਦੇਖੋ ਆਪਾਂ ਫਲਾਵਰ ਜਿਹੜੇ ਹੁੰਦੇ ਨੇ ਕਿਹਨੂੰ ਅਟਰੈਕਟ ਕਰਦੇ ਨੇ ਬਟਰਫਲਾਈ ਨੂੰ ਅਟਰੈਕਟ ਕਰਦੇ ਨੇ ਠੀਕ ਹੈ ਫਲਾਵਰ ਜਿਹੜੇ ਅਟਰੈਕਟ ਕਰਦੇ ਨੇ ਕਿਹਨੂੰ ਅਟਰੈਕਟ ਕਰਦੇ ਨੇ ਬਟਰਫਲਾਈ ਨੂੰ ਸੇਮ ਨਾਲ ਡਾਟ ਮਿੱਟੀ ਕਿਹਨੂੰ ਅਟਰੈਕਟ ਕਰਦੀ ਆ ਮੱਖੀਆਂ ਨੂੰ ਫ्लाई ਤਾਂ ਬੀ ਆਪਸ਼ਨ ਫ्लाई ਦੇ ਉੱਤੇ ਤੁਸੀਂ ਟਿਕ ਲਾ ਦੇਵੋਗੇ ਮੱਖੀਆਂ ਨੂੰ ਕੀ ਕਰਦੇ ਨੇ ਉਹ ਅਟਰੈਕਟ ਕਰਦੇ ਆ ਜੋ ਗੰਦਗੀ ਹੁੰਦੀ ਆ ਮੱਖੀਆਂ ਨੂੰ ਅਟਰੈਕਟ ਕਰਦੀ ਆ ਨਾ ਨੈਕਸਟ ਮਲੇਰੀਆ ਮਲੇਰੀਆ ਕ ਇੱਕ ਡਿਜ਼ੀਜ਼ ਹੈ ਬੇਟਾ ਮਲੇਰੀਆ ਕ ਇੱਕ ਡਿਜ਼ੀਜ਼ ਹੈ ਸੇਵੇਂ ਨਾ ਸਪੀਅਰ ਕੀ ਹੈ ਤਾਂ ਸਪੀਅਰ ਇੱਕ ਵੈਪਨ ਹੈ ਅਸਲ ਦੇ ਵਿੱਚ ਜਿਹਾ ਸਪੀਅਰ ਬੇਟਾ ਇੱਕ ਨਾ ਤੀਰ ਕਮਾਨ ਜਿਹਾ ਵਗਾਇਦਾ ਸਿੰਪਲ ਜਿਹਾ ਜਿਹੜਾ ਆਪਾਂ ਕਹਿੰਦੇ ਤੀਰ ਕਮਾਨ ਹੁੰਦਾ ਜਿਹੜਾ ਤੀਰ ਕਮਾਨ ਨਹੀਂ ਹੁੰਦਾ ਹੈਗਾ ਜਿਹੜਾ ਆਪਾਂ ਕਹਿੰਦੇ ਇੱਕ ਵਰਛਾ ਜਿਹਾ ਹੁੰਦਾ ਜਿਹੜਾ ਲੰਬਾ ਆ ਇਸ ਤਰੀਕੇ ਨਾਲ ਐਰੋ ਜੇ ਮੰਗੂ ਹੁੰਦਾ ਜਿਹੜੇ ਲੋਕੇ ਹੱਥ ਵਿੱਚ ਫੜ ਕੇ ਰੱਖਦੇ ਹੁੰਦੇ ਨੇ ਆਪਣੇ ਲੋ ਕਈ ਲੋਕਾ ਕਾਲ ਹੁੰਦਾ ਤਾਂ ਇਸ ਨੂੰ ਆਪਾਂ ਬੋਲਦੇ ਆ ਵੈਪ ਸਪੀਅਰ ਬੋਲਦੇ ਹੁੰਦੇ ਆ ਠੀਕ ਹੈ ਨੈਕਸਟ ਲਾਇਨ ਡੈਨ ਤਾਂ ਲਾਇਨ ਦਾ ਜਿਹੜਾ ਡਵੇਲਿੰਗ ਪਲੇਸ ਹੈ ਮਤਲਬ ਰਹਿਣ ਦੀ ਥਾਂ ਉਹਨੂੰ ਕੀ ਬੋਲਦੇ ਆਪਾਂ ਡੈਨ ਬੋਲਦੇ ਆ ਸੇਮ ਹੈ ਨਾ ਰੈਬਿਟ ਦੇ ਰਹਿਣ ਦੀ ਥਾਂ ਨੂੰ ਆਪਾਂ ਕੀ ਬੋਲਦੇ ਆ ਬੋਰੋ ਬੋਲਦੇ ਆ ਤਾਂ ਡੀ ਆਪਸ਼ਨ ਬੋਰੋ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਨੈਕਸਟ ਟਰੈਵਲ ਕੰਪੈਨੀਅਨ ਤਾਂ ਮਤਲਬ ਇਹਦਾ ਕੀ ਹੁੰਦਾ ਲਿੰਕ ਜਦੋਂ ਆਪਾਂ ਕਿਤੇ ਟਰੈਵਲਿੰਗ ਕਰ ਰਹੇ ਯਾਤਰਾ ਕਰ ਰਹੇ ਆ ਤਾਂ ਆਪਣੇ ਨਾਲ ਜਿਹੜੇ ਵੀ ਪਰਸਨ ਹੁੰਦੇ ਨੇ ਉਹ ਕੰਪੈਨੀਅਨ ਦੇ ਰੂਪ ਵਿੱਚ ਹੁੰਦੇ ਨੇ ਤਾਂ ਮਤਲਬ ਜਿਹੜੇ ਵੀ ਆਪਣੇ ਨਾਲ ਕੋਈ ਪਰਸਨ ਪੰਜ ਛੇ ਜਾਂਦੇ ਨੇ ਹਨਾ ਉਹਨਾਂ ਆਪਾਂ ਕੰਪੈਨੀਅਨ ਕਹਾਂਗੇ ਸੇਮ ਵੈਨਾ ਪ੍ਰੋਫੈਸ਼ਨ ਦੇ ਵਿੱਚ ਮਤਲਬ ਆਪਾਂ ਕਿਸੇ ਵੀ ਕੰਪਨੀ 'ਚ ਕੰਮ ਕਰ ਰਹੇ ਆ ਆਪਾਂ ਪ੍ਰੋਫੈਸ਼ਨ ਦੇ ਵਿੱਚ ਆ ਤਾਂ ਉੱਥੇ ਜਿਹੜੇ ਨਾਲ ਆਪਣੇ ਸਾਥੀ ਹੋਣਗੇ ਉਹਨਾਂ ਨੂੰ ਆਪਾਂ ਕੀ ਬੋਲਦੇ ਆ ਕੋਲੀਗ ਬੋਲਦੇ ਆ ਤਾਂ ਬੀ ਆਪਸ਼ਨ ਕੋਲੀਗ ਦੇ ਉੱਤੇ ਤੁਸੀਂ ਟਿਕ ਲਾ ਦੋਗੇ ਤਾਂ ਬੀ ਆਪਸ਼ਨ ਕੋਲੀਗ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਓਕੇ ਤਾਂ ਨੈਕਸਟ ਹੈਗਾ ਆਪਣਾ वुड चिप ਤਾਂ ਇਹਦਾ ਕੀ ਹੁੰਦਾ वुਡ ਹੈ ਜਿਹੜਾ वुਡ ਦਾ ਸਭ ਤੋਂ ਛੋਟਾ 파ਟ ਹੁੰਦਾ ਉਸ ਨੂੰ ਆਪਾਂ ਕੀ ਬੋਲਦੇ ਆ ਚਿਪ ਬੋਲਦੇ ਆ ਠੀਕ ਹੈ ਸੇਵ ਇਨ ਬ੍ਰੈਡ ਦੇ ਛੋਟੇ 파ਟ ਨੂੰ ਤੁਸੀਂ ਕੀ ਬੋਲੋਗੇ ਕ੍ਰੰਬ ਬੋਲੋਗੇ ਦਾ ਸੀ ਆਪਸ਼ਨ ਕ੍ਰੰਬ ਦੇਖੋ ਕੀ ਜੇ ਕੀ ਇਹ ਵਰਡਸ ਨੇ ਜਿਹੜੇ ਆਪਾਂ ਨੇ ਕਦੇ ਆਪਾਂ ਆਮ ਸਟੂਡੈਂਟਸ ਨੇ ਕਦੇ ਜ਼ਿੰਦਗੀ 'ਚ ਸੁਨੇ ਵੀ ਨਹੀਂ ਹੁੰਦੇ ਹੈਗੇ ਫਿਰ ਵੀ ਆਪਾਂ ਜੇ ਤੁਸੀਂ ਕਹਿੰਦੇ ਹੋ ਸੀ ਇਗਨੋਰ ਕਰਕੇ ਚੈਪਟਰ ਨੂੰ ਚਲੇ ਜਾਵਾਂਗੇ ਬੇਟਾ ਅੱਜ ਕੱਲ ਇਹ ਦੋ ਦੋ ਤਿੰਨ ਤਿੰਨ ਕੁਐਸਚਨ ਇਗਜ਼ਾਮ ਚ ਆ ਰਹੇ ਨੇ ਤੁਸੀਂ ਕਿਵੇਂ ਇਗਨੋਰ ਕਰ ਸਕਦੇ ਹੋ ਜੇ ਤਾਂ ਆਪ ਨੂੰ ਫੁੱਲ ਨੌਲੇਜ ਹੋਵੇ ਵੀ ਹਾਂ ਆਪਨੇ ਕੁਐਸਚਨ ਬਿਲਕੁਲ ਕਰੈਕਟ ਨੇ ਫਿਰ ਤਾਂ ਤੁਸੀਂ ਇਗਨੋਰ ਮਾਰ ਦਿਓ ਚੈਪਟਰ ਨੂੰ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਵਰਡਸ ਬਾਰੇ ਤੁਸੀਂ ਕਿਵੇਂ ਇਗਨੋਰ ਕਰ ਦੇਣੋ ਇਹ ਚੈਪਟਰ ਨੂੰ ਬੇਟਾ ਇੱਕ ਇੱਕ ਚੈਪਟਰ ਬਹੁਤ ਇੰਪੋਰਟੈਂਟ ਹੈ ਕਲਾਕਲਾ ਵਰਡ ਬਹੁਤ ਇੰਪੋਰਟੈਂਟ ਹੈ ਇੱਕ ਇੱਕ ਮਾਰਕਸ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਸਟੱਡੀ ਬਹੁਤ ਅੱਛੇ ਤਰੀਕੇ ਨਾਲ ਕਰੋ ਇੰਨੀ ਅੱਛੇ ਤਰੀਕੇ ਨਾਲ ਕਰੋ ਬੇਟਾ ਵੀ 90 ਪਲੱਸ ਤੁਹਾਡੇ ਮਾਰਕਸ ਆਨੇ ਚਾਹੀਦੇ ਨੇ ਐਗਜ਼ਾਮ ਦੇ ਵਿੱਚੋਂ ਬਹੁਤ ਬੱਚੇ ਸਟੱਡੀ ਕਰ ਰਹੇ ਨੇ ਇੰਨੇ ਬੱਚੇ ਹਾਰਡ ਵਰਕ ਕਰ ਰਹੇ ਨੇ ਨਾ ਬੇਟਾ ਵੀ ਗਵਰਨਮੈਂਟ ਜੋਬ ਅਜ ਦੇ ਟਾਈਮ 'ਚ ਦਾ ਬਸ ਤੁਸੀਂ ਇਹ ਲੈ ਲਓ ਬਹੁਤ ਬੈਨੀਫਿਟ ਬੈਨੀਫੀਸ਼ੀਅਲ ਹੈ ਹਰ ਇੱਕ ਪਰਸਨ ਦੇ ਲਈ ਓਕੇ ਨੈਕਸਟ ਮੰਡੇ ਸੈਟਰਡੇ ਤਾਂ ਥਰਸਡੇ ਕੀ ਹੋਏਗਾ ਮੰਡੇ ਤੋਂ ਦੇਖੋ ਸੈਟਰਡੇ ਦਾ ਕਿੰਨਾ ਕਿੰਨੇ ਡੇਜ਼ ਦਾ ਫਰਕ ਹੈਗਾ ਦੇਖੋ ਟਿਊਜ਼ਡੇ ਆਏਗਾ ਵਿੱਚ ਟਿਊਜ਼ਡੇ ਵੈਨਸਡੇ ਥਰਸਡੇ ਫਰਾਈਡੇ ਸਰ ਮਬ ਫਿਫਥ ਡੇ ਕਹਿਆ ਉਹਨੇ ਤਾਂ ਥਰਸਡੇ ਤੋਂ ਪੰਜਵਾਂ ਦਿਨ ਕਿਹੜਾ ਹੋਏਗਾ ਦੇਖੋ ਫਰਾਈਡੇ ਸੈਟਰਡੇ ਸੰਡੇ ਮੰਡੇ ਟਿਊਜ਼ਡੇ ਤਾਂ ਟਿਊਜ਼ਡੇ ਪੰਜਵਾਂ ਦਿਨ ਹੋਏਗਾ ਤਾਂ ਬੀ ਆਪਸ਼ਨ ਟਿਊਜ਼ਡੇ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਕੋਇਨਜ਼ ਮਿੰਟ ਤਾਂ ਕੀ ਰਿਲੇਸ਼ਨ ਹੈ ਕੋਇਨਜ਼ ਮਿੰਟ ਦੇਖੋ ਕੋਇਨਜ਼ ਜਿੱਥੇ ਆਪਣੇ ਬੰਦੇ ਨੇ ਉਸ ਜਗ੍ਹਾ ਨੂੰ ਆਪਾਂ ਕੀ ਬੋਲਦੇ ਆ ਮਿੰਟ ਬੋਲਦੇ ਆ ਸੇਮ ਵੈਨਾ ਬ੍ਰਿਕਸ ਜਿੱਥੇ ਬੰਦੀਆਂ ਨੇ ਮਤਲਬ ਇਟਾਂ ਬ੍ਰਿਕਸ ਮਤਲਬ ਇਟ ਜਿੱਥੇ ਬੰਦਿਆ ਉਸ ਜਗ੍ਹਾ ਨੂੰ ਆਪਾਂ ਕੀ ਬੋਲਦੇ ਆ ਕਲਿਨ ਬੋਲਦੇ ਆ ਪੱਠਾ ਜਿਹਨੂੰ ਆਪਾਂ ਕਹਿੰਦੇ ਆ ਕਲਿਨ ਬੋਲਦੇ ਆ ਜਿੱਥੇ ਆਪਣਾ ਇਟਾਂ ਬੰਦੀਆਂ ਨੇ ਓਕੇ ਨੈਕਸਟ ਵਾਈਨ ਸਿਲਰ ਵਾਈਨ ਸਿਲਰ ਇਹ ਕੀ ਲਿੰਕ ਅਸਲ ਦੇ ਵਿੱਚ ਜਿੱਥੇ ਵਾਈਨ ਸਟੋਰ ਕੀਤੀ ਜਾਂਦੀ ਹੈ ਹਨਾ ਜਿੱਥੇ ਸ਼ਰਾਬ ਸਟੋਰ ਕੀਤੀ ਜਾਂਦਾ ਉਹਨੂੰ ਕੀ ਬੋਲਦੇ ਆ ਸਿਲਰ ਬੋਲਦੇ ਨੇ ਸੇਮ ਵੇ ਨਾ ਜਿੱਥੇ ਵੈਪਨਸ ਜਿਹੜੇ ਆਪਣੇ ਹਥਿਆਰ ਹੁੰਦੇ ਨੇ ਜਿੱਥੇ ਆਪਾਂ ਸਟੋਰ ਕਰਕੇ ਰੱਖਦੇ ਆ ਉਸ ਨੂੰ ਆਪਾਂ ਕੀ ਬੋਲਦੇ ਆ ਅਰਸਨਲ ਬੋਲਦੇ ਆ ਤਾਂ ਬੀ ਆਪਸ਼ਨ ਅਰਸਨਲ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਡਿਜ਼ੀਜ਼ ਮੈਡੀਸਨ ਤਜੇਰਾ ਕੋਈ ਵੀ ਡਿਜ਼ੀਜ਼ ਹੁੰਦਾ ਉਹਨੂੰ ਖਤਮ ਕਰਨਾ ਤਾਂ ਕਿਹਦੀ ਹੈਲਪ ਨਾਲ ਖਤਮ ਕਰਾਂਗੇ ਮੈਡੀਸਨ ਦੀ ਹੈਲਪ ਨਾਲ ਖਤਮ ਕਰਾਂਗੇ ਸੇਮ ਹੈ ਨਾ ਫੇਮਾਈਨ ਮਤਲਬ ਜੇਰਾ ਸੋਕਾ ਹੁੰਦਾ ਉਹ ਕਿਵੇਂ ਖਤਮ ਹੋਊਗਾ ਤਾਂ ਸੋਕਾ ਜੇਰਾ ਖਤਮ ਹੋਊਗਾ ਉਹ ਰੇਨਫਾਲ ਦੇ ਨਾਲ ਖਤਮ ਹੋਊਗਾ ਮਤਲਬ ਮੀਂਹ ਦੇ ਨਾਲ ਹੀ ਖਤਮ ਹੋਊਗਾ ਤਾਂ ਬੀ ਆਪਸ਼ਨ ਰੇਨਫਾਲ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਬਿਲਕੁਲ ਓਕੇ ਨੈਕਸਟ ਪ੍ਰੋਡਿਊਸ ਵੇਸਟ ਇਹ ਦੇਖੋ ਅਨਟੋਨੀਮ ਨੇ ਮਤਲਬ ਆਪੋਜ਼ਿਟ ਵਰਡ ਨੇ ਪ੍ਰੋਡਿਊਸ ਕਰਨਾ ਵੇਸਟ ਕਰਨਾ ਸੇਮ ਹੈ ਨਾ ਕੰਟਰਾਸਟ ਦਾ ਹੁੰਦਾ ਹੈ ਮੈਚ ਤਾਂ ਇਹ ਆਪਸ਼ਨ ਕੰਟਰਾਸਟ ਮੈਚ ਕਰਨਾ ਤਾਂ ਇਹ ਆਪਸ਼ਨ ਦਿੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ 82 ਕੁਐਸਚਨ ਦੇਖੋ ਕਾਫ ਕਾਉ ਤਾਂ ਜਿਹੜਾ ਕਾਫ ਹੁੰਦਾ ਇੱਕ ਕਾਉ ਦਾ ਬਛੜੇ ਨੂੰ ਕਾਫ ਬੋਲਦੇ ਨੇ ਤਾਂ ਪੱਪੀ ਕਿਹਦਾ ਬੱਚਾ ਹੋਏਗਾ ਤਾਂ ਪੱਪੀ ਵਿਚ ਦਾ ਬੱਚਾ ਹੋਏਗਾ ਡੌਗ ਦੇਤੇ ਟਿੱਕ ਨਹੀਂ ਨਾ ਡੌ ਦੇਖੋ ਧਿਆਨ ਨਾਲ ਕਾਉ ਜਿਹੜੀ ਹੈਗੀ ਫੀਮੇਲ ਹੈ ਤਾਂ ਉਹਰੇ ਵੀ ਇੱਕ ਫੀਮੇਲ ਵਰਜ਼ਨ ਹੀ ਆਏਗਾ ਤਾਂ ਡੌਗ ਨਹੀਂ ਆਏਗਾ ਤਾਂ ਵਿਚ ਆਏਗਾ ਤਾਂ ਬੀ ਆਪਸ਼ਨ ਵਿਚ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਕੋਲ ਹੀਟ ਤਾਂ ਇਹਦਾ ਕੀ ਰਿਲੇਸ਼ਨ ਹੈ ਜਦੋਂ ਤੁਸੀਂ ਕੋਲ ਨੂੰ ਜਲਾਣੇ ਹੋ ਤਾਂ ਉਹ ਹੀਟ ਪ੍ਰੋਡਿਊਸ ਹੁੰਦੀ ਹੈ ਸੇਮ ਹੈ ਨਾ ਜਦੋਂ ਆਪਾਂ ਵੈਕਸ ਨੂੰ ਜਲਾਵਾਂਗੇ ਤਾਂ ਆਪਣੇ ਵਿੱਚ ਲਾਈਟ ਪ੍ਰੋਡਿਊਸ ਹੁੰਦੀ ਹੈ ਜਦੋਂ ਆਪਾਂ ਵੈਕਸ ਵੈਕਸ ਇੱਕ ਤਰ੍ਹਾਂ ਦੀ ਕੈਂਡਲ ਹੁੰਦੀ ਹੈ ਜਦੋਂ ਵੈਕਸ ਨੂੰ ਜਲਾਵਾਂਗੇ ਤਾਂ ਲਾਈਟ ਪ੍ਰੋਡਿਊਸ ਹੋਏਗੀ ਠੀਕ ਹੈ ਨਾ ਨੈਕਸਟ ਸਕਿੰਟ ਆਈ ਤਾਂ ਸਕਿੰਟ ਅਸਲ ਦੇ ਵਿੱਚ ਜਿਵੇਂ ਅੱਖ ਦਾ ਝਪਕਣਾ ਹੁੰਦਾ ਉਹਨੂੰ ਸਕਿੰਟ ਤਾਂ ਸਕਿੰਟ ਜਿਹੜੀ ਹੁੰਦੀ ਹੈ ਆਈ ਆਈਸ ਤੋਂ ਪਰਫਾਰਮ ਹੁੰਦੀ ਐ ਸਕੇ ਸੇਮ ਨਾ ਸਕੀਜ਼ ਮਤਲਬ ਸਕੇ ਸਕੀਜ਼ ਕੀ ਹੁੰਦਾ ਪ੍ਰੈਸ ਸਮਥਿੰਗ ਕਿਸੇ ਚੀਜ਼ ਨੂੰ ਪ੍ਰੈਸ ਕਰਨਾ ਤਾਂ ਉਹਨੂੰ ਕੀ ਬੋਲਦਾ ਸਕੀਜ਼ ਤਾਂ ਕਿਹਦੇ ਕਿਹਦੇ ਨਾਲ ਹੋਏਗੀ ਹੈਂਡ ਨਾਲ ਹੋਏਗੀ ਨਾ ਤਾਂ ਡੀ ਆਪਸ਼ਨ ਹੈਂਡ ਦੇ ਉੱਤੇ ਤੁਸੀਂ ਟਿਕ ਲਗਾ ਦੋਗੇ ਨੈਕਸਟ ਹਰਮਿਟ ਸੋਲੀਟਿਊਡ ਤਾਂ ਹਰਮਿਟ ਇੱਕ ਤਰ੍ਹਾਂ ਦੇ ਵਰਡਸ ਕੀ ਨੇ ਸੇਮ ਨੇ ਆ ਪਰਸਨ ਹੂ ਲਿਵਜ਼ ਅਲੋਨ ਫॉर ਰਿਲੀਜੀਅਸ ਪਰਪਸ ਜਿਹੜੇ ਲੋਕ ਮਹਾਤਮਾ ਲੋਕ ਹੁੰਦੇ ਨੇ ਜਿਹੜੇ ਆਪਣੇ ਹਿਮਾਲਿਆ ਵਿੱਚ ਚਲੇ ਜਾਂਦੇ ਨੇ ਉਹਨੂੰ ਹਰਮਿਟ ਬੋਲਦੇ ਨੇ ਜਿਹੜੇ ਲੋਕ ਸਾਧੂ ਸੰਤ ਹੁੰਦੇ ਨੇ ਆਪਣੇ ਘਰਬਾਰ ਨੂੰ ਤਿਆਗ ਦਿੰਦੇ ਨੇ ਰਿਲੀਜੀਅਸ ਪਰਪਸ ਦੇ ਲਈ ਹਣਾ ਦਾ ਮਤਲਬ ਇਹ ਹਰਮਿਟ ਦਾ ਮਤਲਬ ਸੋਲੀਟਿਊਡ ਮਤਲਬ ਇਹ ਸਾਈਨੋਨੀਮਸ ਨੇ ਬਿਲਕੁਲ ਸੇਮ ਮਤਲਬ ਨੇ ਤਾਂ ਇਨਟਰੂਡਰ ਇਨਟਰੂਡਰ ਪਹਿਲਾ मीनिंग ਪਤਾ ਹੋਣਾ ਚਾਹੀਦਾ ਸਮ ਹੂ ਐਂਟਰਸ ਆ ਪਲੇਸ ਵਿਦਾਊਟ ਪਰਮਿਸ਼ਨ ਇਨ ਆਰਡਰ ਟੂ ਕਮਿਟ ਆ ਕਰਾਇਮ ਵੀ ਕੋਈ ਪਰਸਨ ਹੈ ਜਿਹੜਾ ਕੋਈ ਕਰਾਇਮ ਕਰੇ ਤਾਂ ਉਸਨੂੰ ਆਪਾਂ ਕੀ ਬੋਲਦੇ ਆ ਇਨਟਰੂਡਰ ਬੋਲਦੇ ਆ ਤਾਂ ਦੈਟ ਇਜ਼ ਦਾ ਬਰਗਲਰ ਤਾ ਬਰਗਲਰ ਸੀ ਆਪਸ਼ਨ ਬਰਗਲਾ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਤਾਂ ਬਰਗਲਰ ਇਹਦਾ ਬਿਲਕੁਲ ਸਾਈਨੋਨੀਮ ਹੈ ਤਾਂ ਬਰਗਲਰ ਦੇ ਉੱਤੇ ਆਪਾਂ ਟਿੱਕ ਲਗਾ ਦਾਂਗੇ एवरीवन ਓਕੇ ਨੈਕਸਟ ਟੀ ਕੱਪ ਤਾਂ ਜੇ ਜਿਹੜੀ ਆਪਾਂ ਟੀ ਕਹਿੰਦੇ ਆ ਚਾਹ ਕਹਿੰਦੇ ਆ ਕਿਹਦੇ ਵਿੱਚ ਹੁੰਦਾ ਕੱਪ ਦੇ ਵਿੱਚ ਪਾਈ ਹੁੰਦਾ ਤਾਂ ਤੰਬਾਕੂ ਕਿੱਥੇ ਪਾਇਆ ਹੁੰਦਾ ਹੈ ਤਾਂ ਤੰਬਾਕੂ ਚੀਰੂਟ ਦੇ ਵਿੱਚ ਪਾਇਆ ਹੁੰਦਾ ਤਾਂ ਡੀ ਆਪਸ਼ਨ ਚੀਰੂਟ ਦੇ ਉੱਤੇ ਤੁਸੀਂ ਟਿੱਕ ਲਗਾ ਦੋਗੇ ਨੈਕਸਟ ਬਲਾਈਂਡ ਵਿਜ਼ੂਅਲ ਤਜਰੀ ਵਿਜ਼ੂਅਲ ਦੀ ਕੋਈ ਆਪਾਂ ਕਹਿ ਦਿੰਨਾ ਹੈ ਵਿਜ਼ੂਅਲ ਦੇ ਵਿੱਚ ਕਮੀ ਆ ਜਾਂਦਾ ਬ্লাইন্ড ਹੋ ਜਾਂਦਾ ਤਾਂ ਡੈਫ ਬੰਦਾ ਕਦੋਂ ਹੁੰਦਾ ਜਦੋਂ ਆਪਣੀ ਆਡੀਟਰੀ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦਾ ਉਦੋਂ ਬੰਦਾ ਕੀ ਹੁੰਦਾ ਡੈਫ ਹੋ ਜਾਂਦਾ ਤਾਂ ਆਡੀਟਰੀ ਦੇ ਉੱਤੇ ਤੁਸੀਂ ਟਿੱਕ ਲਾ ਦੋਗੇ ਡੈਫ ਨੈਕਸਟ ਟ੍ਰੇਨ ਪੈਸੇਂਜਰ ਟ੍ਰੇਨ ਦੇ ਵਿੱਚ ਜਿਹੜੇ ਸਵਾਰੇ ਹੁੰਦੇ ਉਹਨੂੰ ਕੀ ਬੋਲਦੇ ਆਪਾਂ ਪੈਸੇਂਜਰ ਬੋਲਦੇ ਆ ਤਾਂ ਸੇਵ ਇਹਨਾਂ 에ਰੋਪਲੇਨ ਦੇ ਵਿੱਚ ਜਿਹੜੇ ਪਰਸਨ ਹੁੰਦੇ ਨੇ ਉਹਨੂੰ ਕੀ ਬੋਲਦੇ ਆ ਆਪਾਂ 에ਰੋਨੌਟ ਬੋਲਦੇ ਆ ਠੀਕ ਆ ਬੇਟਾ ਤਾਂ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਆ ਔਰੇ ਜੇਕਰ ਤੁਹਾਨੂੰ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਰੋ ਤੇ ਅੱਗੇ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਦਿਆ ਕਰੋ ਵੀ ਤਾਂ ਜੋ ਅੱਗੇ ਤੁਹਾਡੇ ਫਰੈਂਡਸ ਲੋਵੇ ਇੱਕ ਅੱਛਾ ਡਾਟਾ ਪੌਂਚ ਸਕੇ ਮੈਂ ਵੱਤ ਤੋਂ ਵੱਤ ਬੇਟਾ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਦੇਖੋ ਬਹੁਤ ਜ਼ਿਆਦਾ ਡਾਟਾ ਹੋਣ ਕਰਕੇ ਹੌਲੀ ਹੌਲੀ ਡਾਟਾ ਮੈਂ ਦੇਖੋ ਅਪਲੋਡ ਕਰ ਰਿਹਾ ਤਾਂ ਪਲੀਜ਼ ਸਟੇ ਟਿਊਨ ਬਹੁਤ ਅੱਛਾ ਡਾਟਾ ਤੁਹਾਨੂੰ ਮਿਲਦਾ ਰਹੂਗਾ ਕੋਈ ਨਾ ਕੋਈ ਵੀਡੀਓ ਅਪਲੋਡ ਹੁੰਦੀ ਰਹੇਗੀ ਠੀਕ ਹੈ ਬੇਟਾ ਤਾਂ ਥੈਂਕਸ ਟੂ एवरीवन